ਅਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਜਿਸ ਈਮੇਲ ਨੂੰ ਅਸੀਂ ਲਾਸਟ ਵੀਕ ਤੋਂ ਲਗਾਤਾਰ ਤਨਾਲ ਪੜ੍ਹਨੇ ਆ ਜੀ ਮੇਰੇ ਖਿਆਲ ਹੁਣ ਤੇ ਦਰਸ਼ਕਾਂ ਨੂੰ ਵੀ ਉਹਨਾਂ ਦਾ ਨਾਮ ਚਿੱਤੇ ਹੋ ਗਿਆ ਹਨ ਜੀ ਅਮਨਜੀਤ ਕੋਲ ਚੰਡੀਗੜ੍ਹ ਤੋਂ ਅਮਨਜੋਤ ਅਮਨਜੋਤ ਸੋਰੀ ਅਮਨਜੋਤ ਖੋੜ ਮੈਂ ਹੀ ਭੁੱਲ ਗਈ ਹਾਂ ਜੀ ਓਕੇ ਉਹਨੂੰ ਅਸੀਂ ਕੰਟੀਨਿਊ ਕਰਦੇ ਆ ਔਕੇ ਸਿੱਖਾਂ ਨੇ ਪਹਿਲਾਂ ਇਕੱਠੇ ਹੋ ਕੇ ਆਜ਼ਾਦੀ ਕਿਉਂ ਨਹੀਂ ਲਈ ਸਿੱਖ ਦਲਿਤਾਂ ਤਾਮਿਲਾਂ ਕਸ਼ਮੀਰੀਆਂ ਅਤੇ ਨਾਰਥ-ਈਸਟ ਦੀਆਂ ਆਜ਼ਾਦੀ ਪਸੰਦ ਜਥੇਬੰਦੀਆਂ ਨਾਲ ਮਿਲ ਕੇ ਭਾਰਤ ਖਿਲਾਫ ਕਿਉਂ ਖੜੇ ਨਹੀਂ ਹੁੰਦੇ? ਟੀਬਤ ਦੀ ਆਜ਼ਾਦੀ ਲਹਿਰ ਦੇ ਪੇਜ ਤੋਂ ਸਹੀ ਰਣਨੀਤੀ ਚਲਕਦੀ ਹੈ। ਵਿਦਿਆਰਥੀ ਵੀ ਉਸ ਨੂੰ ਫੋਲੋ ਕਰ ਸਕਦੇ ਹਨ। ਉਹ ਲੋਕ ਕਾਨੂੰਨੀ ਤੌਰ ਤੇ ਸਹੀ ਤਰੀਕੇ ਵਰਤਦੇ ਹਨ। ਸਿੱਖਾਂ ਕੋਲ ਇਹ ਗੁਣ ਨਹੀਂ, ਸੇਖੋਂਾਂ ਨੂੰ ਦੇਖ ਕੇ ਕਿਉਂ ਨਹੀਂ ਸਿੱਖਦੇ? ਭਾਰਤੀ ਹਕੂਮਤ ਫੇਸਬੁੱਕ ਪੇजेस, ਵੈੱਬਸਾਈਟਸ, ਕਿਤਾਬਾਂ, ਇਤਿਹਾਸ ਅਤੇ ਫਿਲਮਾਂ ਤੇ ਪਾਬੰਦੀ ਲਗਾ ਰਹੀ ਹੈ। ਇਹ ਗਲਤ ਇਤਿਹਾਸ ਪੜਾ ਰਹੇ ਹਨ ਹੁਣ ਅਸੀਂ ਕੀ ਕਰਾਂਗੇ ਇਹ ਇੱਥੋਂ ਤੱਕ ਚਲੇ ਗਏ ਹਨ ਕਿ ਸਿੱਖਾਂ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਕਰਨ ਲੱਗ ਗਏ ਹਨ ਅਸੀਂ ਇਸ ਪ੍ਰੋਪਗੈਂਡੇ ਨਾਲ ਕਿਵੇਂ ਨਜਿੱਠਾਂਗੇ ਸਾਨੂੰ ਜਾਣਕਾਰੀ ਕਿਵੇਂ ਮਿਲੇਗੀ ਤਾਂ ਜੋ ਅਸੀਂ ਇਸ ਸਭ ਤੋਂ ਬਚ ਸਕੀਏ ਸਾਨੂੰ ਆਪਣਾ ਆਈਪੀ ਐਡਰੈਸ ਟਰੈਕ ਹੋਣ ਦਾ ਡਰ ਹੁੰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਸ ਨਾਲ ਗੱਲ ਕਰ ਰਹੇ ਹਾਂ ਉਹ ਬੰਦਾ ਸਹੀ ਹੈ ਜਾਂ ਨਹੀਂ ਜੇ ਕੋਈ ਏਜੰਟ ਹੋਵੇ ਗੱਲ ਕਰਨ ਵਾਲਾ ਅੱਗੋਂ ਸਾਨੂੰ ਜਾਲ ਚ ਫਸਾ ਰਿਹਾ ਹੋਵੇ ਇਹ ਲੋਕ ਜਾਲੀ ਗਰੁੱਪ ਬਣਾਉਂਦੇ ਹਨ ਤੇ ਫਿਰ WhatsApp ਤੇ ਦੇਖਦੇ ਹਨ ਕਿ ਕੌਣ-ਕੌਣ ਖਾਲਸਾ ਦੀ ਹਮਾਇਤ ਕਰਦਾ ਹੈ ਸਿੱਖਾਂ ਨਾਲ ਗੱਲ ਕਰਨ ਲਈ ਜਾਲੀ ਆਈਡੀਆਂ ਬਣਾਈਆਂ ਹਨ ਕਿਸ ਤੇ ਵਿਸ਼ਵਾਸ ਕਰੀਏ ਇਹ ਜਾਲੀ ਵੈਬਸਾਈਟਸ ਬਣਾ ਰਹੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਆਰਐਸਐਸ ਵੱਲੋਂ ਤਿਆਰ ਕੀਤੇ ਗਏ ਸਿੱਖ ਇਤਿਹਾਸ ਨੂੰ ਪ੍ਰਚਾਰ ਰਹੇ ਹਨ ਸਿੱਖ ਫੋਰਮ ਸੇਕ ਵਿਰੋਧੀ ਪੋਸਟਾਂ ਹੀ ਮਿਲਦੀਆਂ ਹਨ ਦੱਸੋ ਕੀ ਕਰੀਏ ਮੈਨੂੰ ਡਰ ਹੈ ਜਿੰਨੀਆਂ ਕਿਤਾਬਾਂ ਸਾਈਟਸ ਅਤੇ ਪੇजेस ਬੈਨ ਕੀਤੇ ਜਾਣਗੇ ਉਨਾ ਹੀ ਭਾਰਤੀ ਤੰਤਰ ਵੱਲੋਂ ਬਾਹਰ ਅਤੇ ਪੰਜਾਬ ਵਸਤੇ ਸਿੱਖਾਂ ਤੇ ਤਸ਼ੱਦਦ ਤਾਇਆ ਜਾਵੇਗਾ ਮੈਨੂੰ ਕਈ ਵਾਰ ਲੱਗਦਾ ਹੈ ਕਿ ਇਹ ਸਭ 'ਚ ਹੋਰ ਨੁਕਸਾਨ ਹੀ ਹੋਵੇਗਾ ਅੰਤ ਨੂੰ ਨਿਕਲਣਾ ਕੁਝ ਨਹੀਂ ਇਹ ਸਭ ਵਿੱਚੋਂ ਸ਼ਹੀਦਾਂ ਦੀ ਲਿਸਟ ਹੀ ਲੰਬੀ ਹੋਵੇਗੀ ਬਸ ਕੁਝ ਸਿੱਖ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਜਦ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਮੁਤਾਬਕ ਖਾਲਸਾਣ ਦੀ ਬਸ ਲੰਘ ਚੁੱਕੀ ਹੈ ਜੀ ਅਸੀਂ ਹੁਣ ਬਚੇ ਹੋਏ ਸਿੱਖ ਅਤੇ ਸਿੱਖੀ ਹੀ ਬਚਾ ਲਈਏ ਤਾਂ ਬਹੁਤ ਹੈ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਹਾਲਾਤਾਂ ਚ ਲੋਕ ਕਿਵੇਂ ਖਾਲਸਾਣ ਦੀ ਸਪੋਰਟ ਕਰਨਗੇ ਕਸ਼ਮੀਰ ਅਤੇ ਨੋਰਥ ਈਸਟ ਦੀ ਲੜਾਈ ਮੋੜ ਤੋਂ ਹੀ ਜਾਰੀ ਹੈ ਜਦਕਿ ਪੰਜਾਬ ਚ ਲਹਿਰ ਦਬ ਗਈ ਸਾਡੀ ਲਹਿਰ ਨੂੰ ਸਮੂਹਿਕ ਸਹਿਯੋਗ ਕਿਵੇਂ ਮਿਲੇਗਾ ਤੇ ਕੋਈ ਪੱਕਾ ਸੱਟਾ ਕਿਵੇਂ ਨਿਕਲੇਗਾ ਜੀ ਰੌਸਾਂ ਅੱਜ ਲਈ ਇਹਨਾ ਕਾਫੀ ਠੀਕ ਹੈ ਜੀ ਜੀ ਰੋਸ਼ਨ ਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਕਾਫੀ ਵੈਲਿਡ ਨੁਕਤੇ ਲਿਆਉਂਦੇ ਨੇ ਅਸੀਂ ਪਹਿਲਾਂ ਵੀ ਵਿਚਾਰ ਆਦਿਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਂ ਨਾਲ ਕਰ ਰਹੇ ਹਾਂ ਜੀ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿਉਂਕਿ ਉਹ ਗੋਂ ਰਿਸਪੌਂਸਫੁਲ ਵੀ ਰਿਸਪੌਂਸ ਕਰਦੇ ਨੇ ਜਿਹੜਾ ਚਲੋ ਸਾਡੇ ਗਿਆਨ ਲਈ ਤਾਂ ਠੀਕ ਹੈ ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਅਸੀਂ ਇਹ ਪਲੇਟਫਾਰਮ ਸਭ ਦੇ ਲਈ ਰੱਖਣਾ ਚਾਹੁੰਦੇ ਹਾਂ ਇਵੇਂ ਨਾ ਹੋਏ ਵੀ ਅਸੀਂ 1 ਟੂ 1 ਇੱਕ ਡਿਬੇਟ ਦੇ ਵਿੱਚ ਹੀ ਰਹੀ ਹੈ ਜੀ ਸੋ ਉਹ ਜਿਹੜਾ ਵੀ ਕੋਈ ਨਵਾਂ ਨੁਕਤਾ ਹੈ ਉਸ ਦੇ ਉੱਤੇ ਉਹ ਜ਼ਰੂਰ ਲਖਣ ਹੋ ਸਕਦਾ ਹੈ ਸਾਡੇ ਜਵਾਬ ਉਹਨਾਂ ਦੀ ਸਾਰੀ ਤਸੱਲੀ ਨਾ ਕਰਵਾਉਂਦੇ ਹੋਣ ਕਿਉਂਕਿ ਸਮਾਂ ਸੀਮਾ ਵੀ ਹੈ ਔਰ ਸਾਡੇ ਲਈ ਵੀ ਇਹ ਜ਼ਰੂਰੀ ਨਹੀਂ ਹੈ ਕਿ ਵੀ ਅਸੀਂ ਹਰ ਉਸ ਕਾਲ ਨੂੰ ਕੁਝ ਚੀਜ਼ਾਂ ਅਸੀਂ ਡਿਸਕਸ ਨਹੀਂ ਵੀ ਕਰਨਾ ਚਾਹੁੰਦੇ ਔਰ ਉਹਨਾਂ ਨੇ ਵੀ ਇਸ ਕਾਲ ਨੂੰ ਮੰਨੇ ਕਿ ਵੀ ਤੁਸੀਂ ਇਹਨੂੰ ਪਬਲਿਕ ਫੋਰਮ ਤੇ ਨਹੀਂ ਡਿਸਕਸ ਕਰਨਾ ਚਾਹੁੰਦੇ ਕੁਝ ਚੀਜ਼ਾਂ ਦਾ ਰਣਨੀਤੀ ਨਾਲ ਸੰਬੰਧ ਹੈ ਕੁਝ ਤਾਂ ਸਾਡੇ ਇਤੋਂ ਦੇ ਕਾਨੂੰਨੀ ਤੌਰ ਦੇ ਉੱਤੇ ਵੀ ਅਸੀਂ ਦੇਖਣਾ ਕਿਉਂਕਿ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੋਏ ਕਿਸ ਹੱਦ ਤੱਕ ਜਾ ਸਕਦਾ ਹੈ ਇਸ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਹੈ ਸੋ ਉਹਨਾਂ ਨੇ ਪੈਂਜ ਨੇ ਕਿਹਾ ਵੀ ਕਿਉਂ ਨਹੀਂ ਅਸੀਂ ਦਲਤ ਤਾਮਿਲ ਨਾਰਥ ਈਸਟ ਦੀਆਂ ਮੂਵਮੈਂਟਸ ਦੇ ਨਾਲ ਜਿਹੜਾ ਉਸ ਸਹਿਯੋਗ ਕਰਕੇ ਜਾਂ ਮਿਲ ਕੇ ਅੱਗੇ ਕਿਉਂ ਨਹੀਂ ਤੁਰਦੇ ਤਿੱਬਤ ਨੂੰ ਉਹਨਾਂ ਨੇ ਐਜ਼ ਅ ਰੂਲ ਮਾਡਲ ਜਿਹੜਾ ਤਿੱਬਤ ਸਟ੍ਰਗਲ ਨੂੰ ਕੋਟ ਕੀਤਾ ਹੈ ਅ ਕਿਭੀ ਸਿੱਖਣਾ ਤੋਂ ਕਿਉਂ ਨਹੀਂ ਸਿੱਖਦੇ ਜੀ ਦੇਖੋ ਪਹਿਲਾ ਪਾਰਟ ਤਾਂ ਇਹ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਹੁਣ ਪਿਛਲੇ ਦਿਨਾਂ 'ਚ ਹੋਈ ਜਦੋਂ ਪੰਜਾਬ ਤਲ ਖਾਲਸਾ ਔਰ ਅਕਾਲੀ ਦਰ ਪੰਚ ਪ੍ਰਧਾਨੀ ਨੇ ਆਪਸੀ ਨੇੜਤਾ ਦੀ ਗੱਲ ਤੋਰੀ ਤੇ ਮੈਂ ਉਹਨਾਂ ਦੇ ਆਗੂਆਂ ਨਾਲ ਗੱਲਬਾਤ 'ਚ ਕਿਹਾ ਸੀ ਮੈਂ ਕਿਹਾ ਜੀ ਇਸ ਗੱਲ ਦਾ ਧਿਆਨ ਰੱਖੋ ਕਿ ਭਈ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਆਪਣਾ ਬਾਕੀ ਕੰਮ ਕਰੋਗੇ ਜਿਹੜਾ ਦਲਤ ਫੈਕਟਰ ਹੈ ਇਸ ਨੂੰ ਇਗਨੋਰ ਨਾ ਕਰਨਾ ਕਿਉਂਕਿ ਸਾਡੇ ਗੁਰੂਆਂ ਦਾ ਆਦੇਸ਼ ਵੀ ਹੈ ਸਪਿਰਚੁਅਲ ਮੰਡੇਟ ਹੈ ਔਰ ਪੋਲੀਟੀਕਲੀ ਵੀ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਐਗਜ਼ਿਸਟਿੰਗ ਇਸ ਵੜੇ 34% 34% ਦੇ ਕਰੀਬ آبادی ਦਲਤ ਪੋਪੂਲੇਸ਼ਨ ਨੇ ਜੀ ਔਰ ਖਾਲਸਤਾਨ ਬਣਾਉਣ ਲਈ ਵੀ ਔਰ ਖਾਲਸਤਾਨ ਨੂੰ ਮੁੜ ਕੇ ਕਾਇਮ ਰੱਖਣ ਲਈ ਵੀ ਇਹਨਾਂ ਵੀਰਾਂ ਪੈਣਾ ਦਾ ਸਾਡੇ ਨਾਲ ਹੋਣਾ ਔਰ ਮੈਂ ਤਾਂ ਅਕਸਰ ਇਹਦੇ ਲਈ ਮੇਰੀ ਇਹ ਸਟੇਟਮੈਂਟ ਹੁੰਦੀ ਹੈ ਕਿਸ ਸਿਕਸ ਆਫ ਦਾ ਦਲਿਤਸ ਬਾਈ ਦਾ ਦਲਿਤਸ ਫੋਰ ਦਾ ਦਲਿਤਸ ਜੀ ਜਿਤੋਂ ਤੱਕ ਨਾਰਥ-ਈਸਟ ਜਾਂ ਦੂਸਰਿਆਂ ਤਾਮਿਲ ਦੇ ਨਾਲ ਤਾਲੁਕ ਹੈ ਅਸੀਂ ਇਹ ਸਮਝਦੇ ਹਾਂ ਵੀ ਇੱਕ ਤਾਂ ਏਰੀਏ ਦਾ ਬਹੁਤ ਜ਼ਿਆਦਾ ਆਪਸ ਦੇ ਵਿੱਚ ਜਿਹੜਾ ਉਹ ਗੈਪ ਹੈ ਔਰ ਨਾਰਥ-ਈਸਟ ਨੂੰ ਵਰਚੂਅਲੀ ਇਨ ਅਨੇ ਕਟਆਫ ਹੀ ਕੀਤਾ ਹੈ ਬਾਕੀ ਭਾਰਤ ਨਾਲੋਂ ਈਵਨ ਅਸਾਮ ਨੂੰ ਛੱਡ ਕੇ ਉਹਦਾ ਵੀ ਕਾਫੀ ਹਿੱਸਿਆਂ 'ਚ ਪਰਮਿਸ਼ਨ ਨਾਲ ਹੀ ਜਾਇਆ ਜਾਂਦਾ ਹੈ ਖੁਸ਼ੀਯਤਨ ਹੋਏ ਸਨ 6 ਸਟੂਡੈਂਟ ਫੈਡਰੇਸ਼ਨ ਦੇ ਮੋਡੂਲੇ ਦਿਨਾਂ ਚ ਇਹਨਾਂ ਨਾਲ ਪਹੁੰਚ ਕਰਨ ਦੇ ਆ ਤੇਮਲਾਂ ਦੇ ਨਾਲ ਵੀ ਕਿਉਂਕਿ ਇੱਕ ਤਾਂ ਇੱਕ ਕਲਚਰਲ ਗੈਪ ਵੀ ਰਿਹਾ ਹੈ ਔਰ ਕੁਝ ਗੱਲ ਇਸ ਪਾਸੇ ਤੁਰੀ ਨਹੀਂ ਹੈ ਬਾਰਵੀ ਸਾਡੇ ਇੱਥੇ ਉਹਨਾਂ ਦੀ ਕੋਈ ਇਡਾ ਬਹੁਤਾ ਅਮਰੀਕਾ ਚ ਨੈਟਵਰਕ ਨਹੀਂ ਹੈ ਲੇਕਿਨ ਉਹਨਾਂ ਨੇ ਵੀ ਆਪਣੇ ਆਪ ਨੂੰ ਉਹਨਾਂ ਚ ਵੀ ਇੱਕ ਐਕਸਕਲੂਸਿਵ ਆਪਣੇ ਕਲਚਰ ਵਾਲੀ ਗੱਲ ਹੈ ਉਹ ਵੀ ਕੋਈ ਓਪਨ ਅਪ ਨਹੀਂ ਹੁੰਦੇ ਥੋੜੇ ਬਹੁਤ ਯਤਨ ਹੁਣ ਜਿਵੇਂ ਦਿੱਲੀ ਦੇ ਵਿੱਚ ਪਿਛਲੇ ਦਿਨਾਂ ਅਜ ਦਲ ਖਾਲਸਾ ਨੇ ਔਰ ਖਾਲੀ ਦਰ ਪੰਜ ਪ੍ਰਧਾਨੀ ਨੇ ਬਾਕੀਆਂ ਨਾਲ ਮਿਲ ਕੇ ਕੋਈ ਐਕਟੀਵਿਟੀ ਕੀਤੀ ਸ਼ਾਇਦ 15 ਅਗਸਤ ਦੇ ਹਵਾਲੇ ਨਾਲ ਸੀ ਉਹਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਕਿ ਵੀ ਤਾਮਿਲ ਨਮਾਇंदे ਵੀ ਸ਼ਾਮਲ ਹੋਏ ਔਰ ਇਹ ਬਿਲਕੁਲ ਠੀਕ ਹੈ ਕਿ ਇਨ੍ਹਾਂ ਤੱਕ ਸਾਡੀ ਹੋਰ ਵੀ ਜਿਹੜੀ ਹੈ ਪਹੁੰਚ ਹੋਣੀ ਚਾਹੀਦੀ ਔਰ ਭਾਰਤ ਚ ਅਨਫੋਰਚੂਨੇਟਲੀ ਉੱਥੇ ਕੋਈ ਕਦਾਵਰ ਇਸ ਕਿਸਮ ਦਾ ਸਾਡੇ ਕੋਲ ਸੈਟਅਪ ਜਾਂ ਨੇਤਾ ਨਹੀਂ ਹੈ ਜਿਹੜਾ ਕਿ ਆਊਟਰੀਚ ਕਰਕੇ ਬਾਕੀਆਂ ਨੂੰ ਵੀ ਨਾਲ ਜਿਹੜਾ ਉਹ ਜੋੜ ਸਕੇ ਹੁਣ ਮੁਸਲਮਾਨਾਂ ਦੇ ਹਵਾਲੇ ਨਾਲ ਤਾਂ ਜਿਵੇਂ ਉਹ ਵੈਸੀ ਮੈਂਬਰ ਪਾਰਲੀਮੈਂਟ ਜਿਹੜਾ ਹైదరాబాద్ ਤੋਂ ਹੈ ਉਹ ਹైదరాబాద్ ਉੱਥੋਂ 6-7 ਐਮਪੀ ਉਹਨਾਂ ਦੇ ਬਣੇ ਨੇ ਮਹਾਰਾਸ਼ਟਰ ਅਜ ਵੀ ਉਹਨੇ ਪੈਰ ਪਸਾਰੇ ਨੇ ਉਹਨੋਂ ਬਿਹਾਰ ਦੀਆਂ ਚੋਣਾਂ ਵੀ ਲੜ ਰਿਹਾ ਹੈ ਹਾਲਾਂਕਿ ਮੁਸਲਮਾਨ ਵੀ 170 ਮਿਲੀਅਨ ਨੇ ਭਾਰਤ ਦੇ ਵਿੱਚ ਉਹਨਾਂ ਦੇ ਕੋਲ ਕੋਈ ਨਹੀਂ ਹੈ ਸੈਟਅਪ ਸੋ ਕੋਈ ਮੈਨੂੰ ਇਹ ਕਹਿ ਰਿਹਾ ਸੀ ਉਹ ਵੈਸੀ ਨੂੰ ਕੋਟ ਕਰਕੇ ਕਿ ਉਹ ਆਪकी ਅਦਾਲਤ ਪ੍ਰੋਗਰਾਮ ਦੇ ਵਿੱਚ ਵੀ ਆਇਆ ਹੈ ਜਿਵੇਂ ਉਹ ਆਰਟੀਕੂਲੇਟ ਕਰਦਾ ਹੈ ਕਾਸ਼ ਕੋਈ ਸਾਡਾ ਬੰਦਾ ਵੀ ਇਵੇਂ ਆਊਟਰੀਚ ਕਰੇ ਔਰ ਉਹ ਵੈਸੀ ਨੇ ਮੈਂ ਦੇਖਿਆ ਵੀ ਜਿੱਥੇ ਉਹ ਮੁਸਲਮਾਨਾਂ ਦੀ ਗੱਲ ਕਰਦੇ ਨਾਲ ਦਲਤ ਫੈਕਟਰ ਦੀ ਵੀ ਗੱਲ ਕਰਦੇ ਸੋ ਸਰਟਨਲੀ ਵਿਦਨ ਇੰਡੀਅਨ ਮੈਪ ਇਹ ਜ਼ਰੂਰੀ ਹੈ ਕਿ ਸਾਡੀ ਲੀਡਰਸ਼ਿਪ ਆਪਣੇ ਉਸ ਜਿਹੜਾ ਕਕੂਨ ਚੋਂ ਨਿਕਲ ਕੇ ਜਿਹੜਾ ਬਾਕੀਆਂ ਨੂੰ ਵੀ ਨਾਲ ਲਾਉਣ ਦੀ ਗੱਲ ਕਰੇ ਫਿਰ ਉਹਨਾਂ ਨੇ ਫੇਸਬੁੱਕ ਵੈਬਸਾਈਟ ਦੂਸਰਿਆਂ ਦੀ ਪਾਬੰਦੀਆਂ ਸਿੱਖਾਂ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਔਰ ਆਈਪੀ ਐਡਰੈਸ ਜਿਹੜੇ ਨੇ ਉਹ ਵੀ ਟਰੈਕ ਹੋਣ ਦਾ ਡਰ ਹੈ ਜਾਲੀ ਗਰੁੱਪ ਬਣਾਏ ਨੇ ਕਿਵੇਂ ਉਹਨਾਂ ਦੇ ਏਜੰਟ ਪ੍ਰਵੋਕ ਕਰਦੇ ਨੇ ਫਿਰ ਉਹ ਜਿਹੜਾ ਉਹਨਾਂ ਦੇ ਉੱਤੇ ਅੱਖ ਰੱਖਦੇ ਨੇ ਕਿ ਕਿਹਦੇ ਤੇ ਵਿਸ਼ਵਾਸ ਕਰੀਏ ਔਰ ਜਿਹੜੇ ਸਿੱਖ ਸਾਈਟ ਦੇ ਨਾਂ ਥੱਲੇ ਵੀ ਨਹੀਂ ਐਕਚੁਅਲੀ ਸਿੱਖ ਵਿਰੋਧੀ ਸਾਈਟ ਨੇ ਆਰਐਸਐਸ ਦਾ ਜ਼ੋਰ ਹੈ ਜੀ ਔਰ ਫਿਰ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਕੁਝ ਸਿੱਖ ਗਵਾਨ ਕਹਿੰਦੇ ਨੇ ਜੀ ਖਾਰਿਸਤਾਨ ਦੀ ਬੱਸ ਲੰਘ ਗਈ ਔਰ ਹੁਣ ਤਾਂ ਜਿੰਨੇ ਸਿੱਖ ਨੇ ਤੇ ਸਿੱਖੀ ਹੈ ਉਹ ਬਚਾ ਲਓ ਮੈਂ ਸਮਝਦਾ ਹਾਂ ਵੀ ਪਹਿਲੀ ਗੱਲ ਵਸ ਤਾਂ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ opportunity 47 ਦੇ ਵਿੱਚ ਮਿਸ ਕੀਤੀ ਉਹ ਕੋਈ ਡਾਊਟ ਨਹੀਂ ਹੈ ਪਰ ਇਹ ਕੋਈ ਆਨਸਰ ਨਹੀਂ ਹੈ ਕੋਈ ਇਹ ਕਵੇ ਕਿ ਜੀ ਬਾਕੀ ਸਿੱਖ ਬਾਕੀਆਂ ਨੂੰ ਬਚਾਣ ਲਈ ਹੀ ਖਾਲਸਤਾਨ ਚਾਹੀਦਾ ਜਨਕਤਾ ਅਸੀਂ ਇਸ ਪੀਰੀਅਡ ਦੇ ਵਿੱਚ ਲੂਜ਼ ਕੀਤਾ ਹੈ ਬੇਸ਼ੱਕ ਉਹ ਸ਼ਹੀਦੀਆਂ ਦਾ ਦਾਇਰਾ ਹੈ ਜਿਵੇਂ ਇਹਨਾਂ ਨੇ ਵੀ ਕਿਹਾ ਹੈ ਕਿ ਜੀ ਜੇ ਅਸੀਂ ਇਸ ਕਿਸਮ ਦਾ جاری ਰੱਖਾਂਗੇ ਫਿਰ ਹੋਰ ਸ਼ਹੀਦੀਆਂ ਦੀ ਲਿਸਟ ਹੋਏਗੀ ਮਿਲੇਗਾ ਕੁਛ ਨਹੀਂ ਮੈਂ ਸਮਝਦਾ ਵੀ ਇਸ ਨਾਸਤਾ ਚੋਂ ਨਹੀਂ ਜਾਣਾ ਚਾਹੀਦਾ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਮਰਨ ਚੀਜ਼ ਯਕੀਨ ਰੱਖਦੇ ਆ ਕਿ ਅਸੀਂ ਮਰਦੇ ਆਏ ਆ ਮਰਦੇ ਰਹਾਂਗੇ ਮਰ ਰਹੇ ਆ ਇਹ ਵੀ ਸਾਡਾ ਨਿਸ਼ਾਨਾ ਨਿਸ਼ਾਨਾ ਸਾਡਾ ਨਿਸ਼ਚੈ ਕਰ ਆਪਣੀ ਜਿੱਤ ਕਰੋ ਇਸ ਗੱਲ ਦੇ ਉੱਤੇ ਵਿਸ਼ਵਾਸ ਕਿ ਅਸੀਂ ਜਤਨ ਤੇ ਉਸ ਰਸਤੇ ਤੇ ਤੁਰਦੇ ਆ ਜੇ ਆਥੀ ਰਣ ਮੈਂ ਤਾਂ ਬਜੂਜ ਬਰੋਂ ਦੀ ਸਿਚੁਏਸ਼ਨ ਬਣੇ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਪਰ ਮੈਂ ਸਮਝਦਾ ਵੀ ਇਸ ਪੱਖੋਂ ਜਿਹੜੇ ਉਹਨਾਂ ਨੇ ਨੁਕਤੇ ਲਿਆਉਂਦੇ ਨੇ ਇਹ ਠੀਕ ਨੇ ਇਸ ਗੱਲ ਬਾਰੇ ਬਹੁਤ ਕਾਸ਼ਿਅਸ ਹੋਣਾ ਚਾਹੀਦਾ ਹੈ ਵੀ ਅਸੀਂ ਕੀ ਲਿਖਦੇ ਹਾਂ ਕੀ ਕਹਿੰਦੇ ਹਾਂ ਓਪੜ ਕਾਰਡ ਪੈਦਾ ਕਰਦੇ ਨੇ ਏਜੰਸੀ ਨੇ ਹੋਰ ਮੈਂ ਦੇਖ ਰਿਹਾ ਹਾਂ ਵੀ ਪਿਛਲੇ ਪੀਰੀਅਡ ਚ इवन ਸੋਸ਼ਲ ਨੈਟਵਰਕਿੰਗ ਤੇ ਪੰਜਾਬ ਚੋਂ ਜਾਂ ਦੂਸਰੇ ਤੋਂ ਐਕਟੀਵਿਟੀ ਬਹੁਤ ਘਟ ਗਈ ਉਸ ਤੋਂ ਜ਼ਾਹਰ ਹੈ ਕਿ ਜਿਹੜੇ ਭਾਈ ਰਾਜੋਆਣੇ ਦੇ ਵੇਲੇ 2012 ਚ ਜਦੋਂ ਉਹਨਾਂ ਦੇ ਬਲੈਕ ਵਾਰੈਂਟ ਕੱਢੇ ਜਾ ਉਸ ਤੋਂ ਬਾਅਦ ਐਕਟਿਵ ਸੀ ਉਹਨਾਂ ਸਾਰਿਆਂ ਦੀ ਕਿਤੇ ਨਾ ਕਿਤੇ ਹਰਾਸਮੈਂਟ ਟਰੈਕਿੰਗ ਜ਼ਰੂਰ ਹੋਈ ਹੋਏਗੀ ਕਿਉਂਕਿ ਜਿਹੜੇ ਵੀ 2-4 ਵਾਰ ਉਹ ਉਸ ਪੀਰੀਅਡ ਚ ਐਕਟਿਵ ਰਹੇ ਬਾਅਦ ਵਿੱਚ ਉਹ ਗਾਇਬ ਹੋ ਗਏ। ਜੀ। ਔਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਦੀ ਨੀਤੀ ਫਿਊਚਰ ਦੇ ਵਿੱਚ ਅਗਲੀ ਪੀੜ੍ਹੀ ਨੂੰ ਮਾਰਨ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਔਰ ਜਿਹੜਾ ਇਸ ਕਿਸਮ ਦੇ ਸਿੱਖ ਦਵਾਨ ਜਿਹੜੇ ਚੁੱਪ ਕਰਕੇ ਬਹਿ ਜਾਣ ਨੂੰ ਕਹਿੰਦੇ ਨੇ ਨਾ ਇਦਾਂ ਸਿੱਖੀ ਬਚਣੀ ਐ ਤੇ ਨਾ ਸਿੱਖ ਬਚਣੇ ਨੇ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਜਿਹੜਾ ਉਹੀ ਪਾਰਟ ਜਿਹੜਾ ਕਿ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਬੇਬੇਕ ਬੁੱਧੀ ਦੇ ਨਾਲ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਦੇ ਆਂ ਸਾਰੇ ਹਾਲਾਤ ਦਾ ਜਾਇਜ਼ਾ ਲੈਂਦੇ ਆਂ ਆਪਣੀ ਸਮਰੱਥਾ ਅਨੁਸਾਰ ਔਰ ਜਿਹੜਾ ਨਾ ਕਲਚਰ ਸੀ ਜਾਂ ਹੈ ਕਿ ਜੀ ਅੱਗੇ ਵੱਧ ਵੱਧ ਕੇ ਕਹਿਣਾ ਮੇਰਾ ਖਿਆਲ ਹੈ ਇਸ ਤੋਂ ਗਰੇਜ਼ ਕਰੀਏ ਘੱਟ ਬੋਲੀਏ ਘੱਟ ਲਿਖੀਏ ਔਰ ਅੱਜ ਦੇ ਪੀਰੀਅਡ ਚ ਜਿੱਥੇ ਕਮਿਊਨੀਕੇਸ਼ਨ ਸੌਖੀ ਹੈ ਉੱਥੇ ਤੁਹਾਡੇ ਘਰ ਦੇ ਬੈੱਡਰੂਮ ਤੱਕ ਵੀ ਜਿਹੜਾ ਏਜੰਸੀਆਂ ਦਾ ਪਹੁੰਚਣਾ ਉਹ ਸੌਖਾ ਹੈ ਕਿਉਂਕਿ ਜਿਹਨੀਆਂ ਡਿਵਾਈਸਸ ਅਸੀਂ ਯੂਜ਼ ਕਰਦੇ ਆਂ ਉਹ ਸਾਰੀਆਂ ਟਰੈਕ ਹੁੰਦੀਆਂ ਨੇ ਸੋ ਮੈਂ ਸਮਝਦੀ ਆਂ ਵੀ ਲਾਈਨ ਆਫ ਕਾਸ਼ਨ ਹੀ ਦਿੱਤੀ ਜਾ ਸਕਦੀ ਹੈ ਸੋ ਬਾਕੀ ਇਹਨਾਂ ਦੇ ਪਾਰਟ ਫਿਰ ਅਸੀਂ ਆਉਣ ਵੇਲੇ ਦਿਨ ਚ ਡਿਸਕਸ ਕਰਾਂਗੇ ਜੀ ਡਾਕਟਰ ਸਾਹਿਬ ਇਸ ਤ ਨਾਲ ਇਹ ਬ੍ਰੇਕ ਈਅਰਸ ਤਸਨਾ ਇਸ ਤਰ੍ਹਾਂ ਬਣੇ ਰ ਮਿਲਦੇ ਆਂ ਛੋਟੇ ਬ੍ਰੇਕ